ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਅੱਜ ਪ੍ਰੋਗਰਾਮ ਦੇ ਵਿੱਚ ਜਤਿੰਦਰ ਪੰਨੂ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਦੋ ਖਬਰਾਂ ਇੱਕ ਤਾਂ ਪੰਜਾਬ ਵਿਧਾਨ ਸਭਾ ਦਾ 2 ਦਿਨ ਦਾ اجلاس ਸੱਦਿਆ ਸਰਕਾਰ ਨੇ ਤੇ ਦੂਜਾ ਮਹਿਕਮਿਆਂ ਦੇ ਵਿੱਚ ਫੇਰ ਬਦਲ ਹੋਇਆ ਇਹਨਾਂ ਦੋਵੇਂ ਖਬਰਾਂ ਨੂੰ ਤੁਸੀਂ ਕਿਵੇਂ ਦੇਖਿਆ ਦੇਖੋ ਜਿਹੜਾ ਮਹਿਕਮਿਆਂ ਚ ਫੇਰ ਬਦਲ ਕੇਂਦਰ ਸਰਕਾਰ ਹੋਵੇ ਤੇ ਪ੍ਰਧਾਨ ਮੰਤਰੀ ਦੀ ਮਰਜ਼ੀ ਤੇ ਹੁੰਦਾ ਰਾਜ ਸਰਕਾਰ ਹੋਵੇ ਤੇ ਮੁੱਖ ਮੰਤਰੀ ਦੀ ਮਰਜ਼ੀ ਤੇ ਹੁੰਦਾ ਉਹਨੇ ਕਿਨੂੰ ਰੱਖਣਾ ਤੇ ਕਿਨੂੰ ਨਹੀਂ ਰੱਖਣਾ ਕਈ ਵਾਰੀ ਇਹ ਹੁੰਦਾ ਕਿ ਮੁੱਖ ਮੰਤਰੀ ਦੀ ਮਰਜ਼ੀ ਨਹੀਂ ਮੁੱਖ ਮੰਤਰੀ ਦੀ ਪਾਰਟੀ ਦੀ ਮਰਜ਼ੀ ਹੁੰਦੀ ਪਰ ਆਮ ਤੌਰ ਤੇ ਮੁੱਖ ਮੰਤਰੀ ਇੰਨੇ ਕੁ ਮਜ਼ਬੂਤ ਸਮਝੇ ਜਾਂਦੇ ਆ ਕਿ ਆਪਣੇ ਮਰਜ਼ੀ ਦੇ ਬੰਦੇ ਨੂੰ ਮੰਤਰੀ ਬਣਾ ਸਕਣ ਜਾਂ ਕੱਢ ਸਕਣ ਜੀਤੇ ਖੁਸ਼ ਨਹੀਂ ਜਿਹਦੇ ਖਿਲਾਫ ਸ਼ਿਕਾਇਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਸਰਕਾਰ ਬਣਦੇ ਸਾਰ ਹੀ ਥੋੜੇ ਚਿਰ ਬਾਅਦ ਵਿਜੇ ਸਿੰਘ ਲਾ ਜਿਹੜਾ ਮਾਨਸੇਹ ਤੋਂ ਜਿੱਤਿਆ ਸੀ ਉਸ ਮੰਤਰੀ ਦਾ ਅਸਤੀਫਾ ਲੈ ਲਿਆ ਤੇ ਉਹਨੂੰ ਗ੍ਰਿਫਤਾਰ ਵੀ ਕਰਿਆ ਸੀ ਫਿਰ ਫੌਜਾ ਸਿੰਘ ਸਰਾਰੀ ਚਰਚਾ ਚ ਆਇਆ ਉਹਦੇ ਤੋਂ ਵੀ ਉਹਨਾਂ ਨੇ ਅਸਤੀਫਾ ਲਿਆ ਸੀ ਉਹਨੂੰ ਕਰਤਾ ਸੀ ਪਾਸੇ ਇੰਦਰਵੀਰ ਸਿੰਘ ਨਿੱਜ ਰੌਣ ਦੇ ਕੀ ਕਾਰਨ ਸੀ ਕਿਸੇ ਨੂੰ ਪਤਾ ਨਹੀਂ ਲੱਗਾ ਉਹਨਾਂ ਨੂੰ ਮੰਤਰੀ ਬਣਾਇਆ ਵੀ ਪਿੱਛੋਂ ਸੀ ਤੇ ਕੱਢਿਆ ਵੀ ਛੇਤੀ ਗਿਆ ਉਹਨਾਂ ਨੇ ਆਪ ਅਸਤੀਫਾ ਦੇ ਦਿੱਤਾ ਉਹਨਾਂ ਦੇ ਕੋਲ ਖੈਰਚੀਬ ਖਾਲਸਾ ਦਵੰਦ ਦਾ ਕੰਮ ਵੀ ਬਹੁਤ ਹੁਣ ਦੋ ਕੁ ਵਾਰੀ ਚਰਚਾ ਬਣੀ ਫਲਾਣੇ ਮੰਤਰੀ ਦੇ ਮਹਿਕਮੇ ਖੋਲੇ ਫਲਾਣੇ ਤੋਂ ਮਹਿਕਮਾ ਖੋ ਕੇ ਫਲਾਣੇ ਨੂੰ ਦੇ ਦਿੱਤਾ ਇਦਾਂ 3-4 ਵਾਰ ਪਰ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਪਿਛਲੇ ਮੁੱਖ ਮੰਤਰੀ ਵੀ ਮੰਤਰੀਆਂ ਦੇ ਮਹਿਕਮੇ ਇੰਨੇ ਇੱਕ ਅਦਲਾ ਬਦਲੀ ਕਰਦੇ ਰਿਹਾ ਹੁਣ ਵળે ਵੀ ਕਰਦੇ ਪ੍ਰਧਾਨ ਮੰਤਰੀ ਸਾਹਿਬ ਵੀ ਇਦਾਂ ਕਰਦੇ ਰਹਿੰਦੇ ਆ ਪਹਿਲਾਂ ਕਿਰਨ ਰਜੀਜੂ ਕੇਂਦਰੀ ਕਾਨੂੰਨ ਮੰਤਰੀ ਦੇ ਤੌਰ ਤੇ ਕਨਾਮ ਸਭ ਤੋਂ ਅੱਗੇ ਸ਼ਾਇਆ ਪਿਆ ਹੁੰਦਾ ਸੀ ਰੋਜ਼ ਬੋਲਦਾ ਸੀ ਜੀ ਮੁੜ ਕੇ ਉਹਨੂੰ ਪਾਸੇ ਕਰਤਾ ਪਿਆ ਅੱਜਕੱਲ ਨਹੀਂ ਬੋਲਦਾ ਉਹ ਉਹਦੀ ਥਾਂ ਤੇ ਹੋਰ ਬਣਾਤਾ ਇਦਾਂ ਉਹਨਾਂ 'ਚ ਵੀ ਅਦਲਾ ਬਦਲੀ ਹੁੰਦੀ ਰਹਿੰਦੀ ਆ ਸਰਿਆਂ 'ਚ ਹੁੰਦੀਆਂ ਮੀਂਹ ਦੇਰ ਦਾ ਕਾਰਨ ਕੀ ਐ ਇਸ ਤਰ੍ਹਾਂ ਉਹਦੇ ਮਹਿਕਮੇ ਉੱਤੇ ਲੈ ਕੇ ਦੁਸਾਂ ਦੇਣ ਦਾ ਇਹ ਤੇ ਅਜੇ ਬਾਅਦ ਚ ਪਤਾ ਲੱਗੂ ਪਰ ਉਹਦਾਂ ਉਹ ਥੋੜਾ ਜਿਹਾ ਉਹਨੂੰ ਸੁੱਕਾ ਵੀ ਹੋ ਜਾਊਗਾ ਇੱਕ ਮਹਿਕਮਾ ਰਹਿ ਗਿਆ ਕੁਝ ਭਾਰ ਰੋਲਾ ਹੋ ਗਿਆ ਤਾਜ਼ਾ ਤਾਜ਼ਾ ਵਿਆਹ ਹੋਇਆ ਮੁੰਡੇ ਨੂੰ 4 ਦਿਨ ਘੁੰਮਣ ਫਿਰਨ ਵਾਸਤੇ ਵੀ ਚਾਹੀਦੇ ਆ ਮਹਿਕਮੇ ਤਾਂ ਫਿਰ ਵੀ ਮਿਲ ਜਾਣਗੇ ਮੀਹ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਭ ਤੋਂ ਨੇੜ ਦੇ ਸਾਥੀਆਂ ਚ ਗਿਣਿਆ ਜਾਂਦਾ ਜਦੋਂ 2017 ਵਿੱਚ ਚੁਣਾ ਹੋਈਆਂ ਉਦੋਂ ਵੀ ਇਹ ਸਮਝਿਆ ਜਾਂਦਾ ਸੀ ਕਿ ਭਗਵੰਤ ਮਾਨ ਦਾ ਸਭ ਤੋਂ ਨੇੜ ਦਾ ਉਹਨਾਂ ਕਰਕੇ ਨੂੰ ਟਿਕਟ ਮਿਲੀ ਹੈ ਇਨੀ ਨੇੜਤਾ ਦੇ ਬਾਵਜੂਦ ਮਨਵੇ ਇਹ ਤਾਂ ਲੱਗਦਾ ਨਹੀਂ ਵੀ ਕੋਈ ਸਜ਼ਾ ਦਿੱਤੀ ਗਈ ਪਰ ਕੋਈ ਕਾਰਨ ਹੋਵੇਗਾ ਅਜੇ ਮੋਟੇ ਤੌਰ ਤੇ ਕਾਰਨਬਾਰ ਨਹੀਂ ਆਇਆ ਹੌਲੀ ਹੌਲੀ ਆ ਜਾਏਗਾ ਇਹਦੇ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਸਮਾਗਮ ਸੱਦ ਲਿਆ ਨ 28 ਜੀ ਮਨਜ਼ੂਰੀ ਤੇ ਗਵਰਨਰ ਸਾਹਿਬ ਨੇ ਦੇਣੀ ਬਹੁਤ ਸਾਰੇ ਲੋਕਾਂ ਨੂੰ ਜਾਪਦਾ ਸੀ ਗਵਰਨਰ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਪਰ ਜਿੰਨੀਆਂ ਕ ਝੜਾ ਪਈਆਂ ਪਿਛਲੇ ਦਿਨਾਂ ਚ ਜਿੰਨਾ ਕੋਰਡ ਨਾਲ ਸੁਪਰੀਮ ਕੋਰਟ ਨੇ ਆਖਿਆ ਇਹ ਵੀ ਲਫ਼ਜ਼ ਵਰਤੇ ਕਿ ਗਵਰਨਰ ਪੰਜਾਬ ਦੇ ਜਿਹੜੇ ਬਨਵੈ ਲਾਲ ਪ੍ਰੋਹਰ ਤਿਆਗ ਨਾਲ ਨਾ ਖੜੇ ਹੋਣ ਉਤੋਂ ਬਾਅਦ ਥੋੜਾ ਬਹੁਤ ਤੇ ਫਰਕ ਪੈਣਾ ਚਾਹੀਦਾ ਤੇ ਜੇ ਹੁਣ ਵੀ ਮਨਜ਼ੂਰੀ ਨਹੀਂ ਦਿੰਦੇ ਤੇ ਸੁਪਰੀਮ ਕੋਰਟ 'ਚ ਇਹ ਗੱਲ ਆਈ ਸੀ ਕਿ ਤੁਸੀਂ ਬਜਟ ਸੈਸ਼ਨ ਹੁਣ ਤੱਕ ਲਮਕਾਈ ਕਿਉਂ ਜਾਂਦੇ ਆਂ ਮੁੜ-ਮੁੜ ਮੁਲਤੀ ਕੋ ਮਲਤਵੀ ਕਰਦੇ ਫਿਰ ਉਹ ਕਿਉਂ ਸੱਦੀ ਜਾਂਦੇ ਆਂ ਤੁਸੀਂ ਮੌਨਸੂਨ ਸੈਸ਼ਨ ਨਹੀਂ ਸੱਦਿਆ ਅੱਗੋਂ ਵਿੰਟਰ ਸੈਸ਼ਨ ਆ ਤੁਸੀਂ ਸੱਦੇ ਕਿਉਂ ਨਹੀਂ ਪੰਜਾਬ ਸਰਕਾਰ ਦੇ ਵਕੀਲ ਨੇ ਅੱਖਾ ਜੀ ਜਦੋਂ ਅਸੀਂ ਸੈਸ਼ਨ ਸੱਦਣ ਲੱਗੇ ਸਾਨੂੰ ਪਤਾ ਗੁਰਵਰਨ ਸਿੰਘ ਸਾਹਿਬ ਨੇ ਮਨਜ਼ੂਰੀ ਨਹੀਂ ਦੇਣੀ ਤੇ ਸੱਦੀ ਇੱਕਦਾਂ ਇਸ ਕਰਕੇ ਅਸੀਂ ਉਹ ਹੀ ਜਿਹੜਾ ਸੈਸ਼ਨ ਆ ਉਹ ਲੈ ਜਾਂਦੇ ਆਂ ਮੁltive ਕਰੀ ਜਨੇ ਸੰਵਿਧਾਨਕ ਤੌਰ ਤੇ ਪਰਬੰਧੀ ਕੋਈ ਨਹੀਂ ਅਰਚਨ ਕੋਈ ਨਹੀਂ ਅਸੀਂ ਕਰਦੇ ਆ ਗੈਰ ਸੰਵਿਧਾਨਕ ਕੰਮ ਕੀਤਾ ਕੋਈ ਨਹੀਂ ਪਰ ਜੇ ਸਾਨੂੰ ਪਤਾ ਵੀ ਗਵਰਨਰ ਸਾਹਿਬ ਨੇ ਕੋਆਪਰੇਟ ਕਰਨਾ ਸਾਨੂੰ ਮਨਜ਼ੂਰੀ ਦੇ ਦੇਣੀ ਆ ਅਸੀਂ ਉਦਾਂ ਕਿਉਂ ਕਹੀ ਹੁਣ ਉੱਥੇ ਜੋ ਕੁਝ ਹੋਇਆ ਉਹਦੇ ਤੋਂ ਬਾਅਦ ਜੇ ਇਸ ਵੇਲੇ ਗਵਰਨਰ ਸਾਹਿਬ ਮਨਜ਼ੂਰੀ ਤੋਂ ਢਿੱਕਾ ਡੋ ਤੇ ਮਾੜਾ ਪ੍ਰਭਾਵ ਜਾਵੇਗਾ ਗਵਰਨਰ ਦਾ ਮਾੜਾ ਪ੍ਰਭਾਵ ਜਾਵੇਗਾ ਇਸ ਕਰਕੇ ਬਿਹਤਰ ਹੈ ਕਿ ਜੋ ਕੁਝ ਰਾਜ ਸਰਕਾਰ ਨੇ ਫੈਸਲਾ ਕੀਤਾ ਗਵਰਨਰ ਸਾਹਿਬ ਉਸ ਫੈਸਲੇ ਨੂੰ ਮੰਨਣ ਪਿਛਲੇ ਸਮੇਂ ਚ ਇਹ ਹੁੰਦਾ ਰਿਹਾ ਕਿ ਗਵਰਨਰ ਸਾਹਿਬ ਆਪ ਬਹੁਤਾ ਸੋਚ ਕੇ ਸ਼ਾਇਦ ਫੈਸਲੇ ਨਹੀਂ ਸੀ ਕਰਦੇ ਜਨ ਲਈ ਗੱਲ ਨਹੀਂ ਉਸੇ ਨਾਲ ਤੁਰ ਚੱਲੇ ਜੇ ਕਿਸੇ ਨੇ ਜਾ ਕੇ ਕਹਤਾ ਜੀ ਸਰਕਾਰ ਤੁਹਾਡੀ ਚਿੱਠੀ ਦਾ ਜਵਾਬ ਦੇ ਦੇਣਗੇ ਤੁਸੀਂ ਉਹਦੀ ਗੱਲ ਨਾ ਮੰਨੋ ਇਹ ਠੀਕ ਨਹੀਂ ਮੰਨਦਾ ਆਪੇ ਹੀ ਉੱਠ ਕੇ ਬਾਦਰ ਦੇ ਪਿੰਡਾਂ ਦੇ ਦੌਰੇ ਕਰਨ ਤੁਰ ਪਏ ਇੱਕ ਥਾਂ ਤੇ ਜਾ ਕੇ ਵੀ ਕਹਤਾ ਜੇ ਸਰਕਾਰ ਤੋਂ ਸ਼ਿਕਾਇਤ ਨਹੀਂ ਸੁਣਦੀ ਸ਼ਿਕਾਇਤ ਮੈਨੂੰ ਸਿੱਧੀਆਂ ਭੇਜੋ ਚੁਣੀ ਹੋਈ ਸਰਕਾਰ ਹੋਵੇ ਤੇ ਕਦੇ ਕੋਈ ਗਵਰਨਰ ਇਹ ਗੱਲਾਂ ਨਹੀਂ ਕਰਦਾ ਹੁੰਦਾ ਜੋ ਨਾ ਕੀਤੀ ਸੀ ਉਦੋਂ ਮੈਂ ਠੀਕ ਨਹੀਂ ਸੀ ਹੁਣ ਗਵਰਨਰ ਸਾਹਿਬ ਦੇ ਕੋਲ ਇੱਕ ਵਾਰੀ ਫਿਰ ਫਾਈਲ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਇਸ ਵੇਲੇ ਕੋਈ ਕਾਰਨ ਨਹੀਂ ਕਿ ਉਹ ਮਨਜ਼ੂਰੀ ਨਾ ਦੇਣ ਉਹਨਾਂ ਮਨਜ਼ੂਰੀ ਦੇ ਦੇਣੀ ਚਾਹੀਦੀ ਹੈ ਤੇ ਜੇ ਮਨਜ਼ੂਰੀ ਮਿਲ ਜਾਵੇ ਤੇ ਅਗਲੇ ਹਫਤੇ ਅਸੀਂ ਸੈਸ਼ਨ ਬਕਾਇਦਾ ਠੰਮੇ ਰਲੋ ਦਾਬੇ ਕਾਗੇ ਜਿਹੜੀ ਹਰ ਵਾਰੀ ਖੱਪੇਂਦੀ ਸੀ ਉਹ ਕੱਟ ਸੇ ਪਰੰਤੂ ਪੁਣੂ ਸਾਹਿਬ ਰੌਲਾ ਕੱਲਾ ਪੰਜਾਬ ਜੀ ਨਹੀਂ ਹੈ ਕੇਰਲਾ ਤੇ ਤਾਮਿਲਨਾਡੂ ਦੀਆਂ ਸਰਕਾਰਾਂ ਵੀ ਉੱਥੋਂ ਦੇ ਗਵਰਨਰ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਗਈਆਂ ਹੋਈਆਂ ਨੇ ਤੇ ਹੁਣ ਉੱਥੋਂ ਦੀਆਂ ਸਰਕਾਰਾਂ ਨੂੰ ਨੋਟਿਸ ਵੀ ਜਾਰੀ ਹੋਇਆ ਕਹਿੰਦੇ ਕਿ ਗਵਰਨਰ ਸਾਹਿਬ ਬਿੱਲ ਦੇ ਉੱਤੇ ਹੀ ਬੈਠੇ ਰਹਿੰਦੇ ਨੇ ਬਿੱਲ ਪਾਸ ਨਹੀਂ ਕਰਦੇ ਸਾਡੀ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੰਦੇ ਤੁਹਾਨੂੰ ਕੀ ਲੱਗਦਾ ਕਿ ਸੁਪਰੀਮ ਕੋਰਟ ਇਸ ਦੇ ਵਿੱਚ ਕੀ ਕਰ ਸਕਦੀ ਹੁਣ ਦੇਖੋ ਉਹਨਾਂ ਦੋਵਾਂ ਰਾਜਾਂ ਦੀਆਂ ਸਰਕਾਰਾਂ ਦੇ ਮਾਮਲੇ 'ਚ ਗਵਰਨਰਾਂ ਦਾ ਵਿਵਹਾਰ ਠੀਕ ਨਹੀਂ ਤਾਮਿਲਨਾਡੂ ਦਾ ਮਾਮਲਾ ਸੀ ਤਾਮਿਲਨਾਡੂ ਦੀ ਸਰਕਾਰ ਨੇ ਸ਼ਿਕਾਇਤ ਕੀਤੀ ਕਿ ਸਾਡਾ ਗਵਰਨਰ ਜਿਹੜਾ ਬਿੱਲ ਨਹੀਂ ਪਾਸ ਕਰਦਾ 2020 ਦੇ ਗਏ ਬਿੱਲ ਉਹ ਪਾਸ ਨਹੀਂ ਕੀਤੇ ਜਿਹੜਾ ਉਹਦੇ ਵੱਲੋਂ ਵਕੀਲ ਪੇਸ਼ ਹੋਇਆ ਪਾਰ ਸਰਕਾਰ ਦਾ ਬਹੁਤ ਸੀਨੀਅਰ ਵਕੀਲ ਉਹਨੇ ਆਖਿਆ ਜੀ 2020 ਦੇ ਬਿੱਲ ਗਏ ਹੋਣਗੇ ਪਰ ਇਹ ਤੇ ਗਵਰਨਰ ਆਏ 2021 ਚ ਆ ਤੇ ਰਾਜ ਸਰਕਾਰ ਦੇ ਵਕੀਲ ਨੇ ਆਖਿਆ 2021 ਤੋਂ ਬਾਅਦ ਵੀ ਦੋ ਸਾਲਾਂ ਤੋਂ ਵੱਧ ਹੋ ਗਈ ਹੁਣ ਤੱਕ ਕਿਉਂ ਨਹੀਂ ਪਾਸ ਕੀਤਾ ਉਹਨੇ ਆਖਿਆ ਜੀ 13 ਤਰੀਕ ਨੂੰ ਕਰਤੇ ਆ ਫਿਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਆਖਿਆ ਕਿ 10 ਤਰੀਕ ਨੂੰ 10 ਨਵੰਬਰ ਨੂੰ ਅਸੀਂ ਝਾੜ ਪਾਈ ਸੀ ਕਿ ਕਿਉਂ ਨਹੀਂ ਕਰਦੇ ਉਹ ਤੋਂ ਵੀ 3 ਦਿਨ ਬਾਅਦ 13 ਨੂੰ ਕੀਤੇ ਪਹਿਲਾਂ ਕਿਉਂ ਨਹੀਂ ਕਰਤੇ ਇਹ ਤਾਂ ਸਾਫ ਦਿਸਦਾ ਕਿ ਅਸੀਂ ਸ਼ਕਤੀ ਵਿਖਾਈ ਤੇ ਫਿਰ ਕੀਤੇ ਤੇ ਹੁਣ ਵੀ ਸਾਰੇ ਨਹੀਂ ਕੀਤੇ ਉਹਨਾਂ ਜੋ ਕਿੰਨੇ ਬਿੱਲ ਲਟਕੇ ਪਏ ਇਹਦੇ ਉੱਤੇ ਜਾ ਕੇ ਵੀ ਇੱਕ ਗੱਲ ਹੋਰ ਰਾਜ ਸਰਕਾਰ ਨੇ ਤਾਮਿਲਨਾਡੂ ਵਾਲਿਆਂ ਨੇ ਕਹਿਤੀ ਉਹਨਾਂ ਦੇ ਵਕੀਲ ਨੇ ਕਿਹਾ ਜੀ ਗਵਰਨਰ ਦੇ ਕੋਲ ਦੋ ਰਸਤੇ ਹੁੰਦੇ ਇੱਕ ਰਸਤਾ ਇਹ ਕਿ ਜਾਂ ਬਿੱਲ ਨੂੰ ਮਨਜ਼ੂਰ ਕਰੇ ਜਾਂ ਰੱਦ ਕਰੇ ਦੂਸਰਾ ਰਸਤਾ ਹੁੰਦਾ ਕਿ ਦੋਵੇਂ ਕੰਮ ਨਾ ਕਰੇ ਰਾਸ਼ਟਰਪਤੀ ਨੂੰ ਭੇਜ ਦੇਵੇ ਰਾਸ਼ਟਰਪਤੀ ਨੇ ਆਪ ਫੈਸਲਾ ਕਰਨਾ ਕੋਈ ਨਹੀਂ ਕੇਂਦਰ ਸਰਕਾਰ ਨੂੰ ਭੇਜੇ ਕੇਂਦਰ ਸਰਕਾਰ ਜੋ ਆਖੇ ਰਾਸ਼ਟਰਪਤੀ ਫੈਸਲਾ ਕਰ ਦੋ ਮੰਨ ਲਿਆ ਜੋ ਗਵਰਨਰ ਨੇ ਦੋਵੇਂ ਕੰਮ ਨਹੀਂ ਕੀਤੇ ਤੀਸਰਾ ਕੰਮ ਕੀਤਾ ਕਿ ਉਹ ਬਿੱਲ ਰਾਜ ਸਰਕਾਰ ਨੂੰ ਵਾਪਸ ਭੇਜਤੇ ਪਰ ਜਦੋਂ ਰਾਜ ਸਰਕਾਰ ਨੂੰ ਵਾਪਸ ਭੇਜੇ ਉਹਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਬਿੱਲਾਂ ਨੂੰ ਜਾਂ ਰੱਦ ਕਰੇ ਜਾਂ ਪ੍ਰਵਾਨ ਕਰੇ ਜਾਂ ਜੇ ਖਾਲੀ ਵਾਪਸ ਵੀ ਭੇਜਣੇ ਆ ਤੇ ਉਹਦੇ ਕਾਰਨ ਲਿਖੇ ਕਿ ਮੈਂ ਕਿਉਂ ਵਾਪਸ ਭੇਜਿਆ ਮੇਰੇ ਮਨ ਵਿੱਚ ਨਹੀਂ ਆਇਆ ਜਾਂ ਮੇਰੀ ਸਮਝ ਵਿੱਚ ਨਹੀਂ ਆਉਂਦੇ ਜਾਂ ਬਿਲਕੁਲ ਗਲਤ ਨੇ ਕੋਈ ਕਾਰਨ ਦੱਸੇ ਗਵਰਨਰ ਨੇ ਕੋਈ ਕਾਰਨ ਨਹੀਂ ਲਿਖਿਆ ਬਸ ਇਹ ਕਹਤਾ ਕਿ ਤੁਹਾਡੇ ਕੋਲ ਵਾਪਸ ਕੀਤੀ ਜਾਂਦੀ ਇੱਕ ਤਰੀਕਾ ਅੱਗੋਂ ਵਿਧਾਨ ਸਭਾ ਨੇ ਉਹ ਬਿੱਲ ਫਿਰ ਪਾਸ ਕਰਕੇ ਤੇ ਰਾਜ ਸਰਕਾਰ ਨੇ ਦੁਬਾਰਾ ਭੇਜ ਦਿੱਤਾ ਉੱਥੇ ਮੁੱਦਾ ਉੱਠ ਪਿਆ ਕਿ ਕੀ ਹੁਣ ਗਵਰਨਰ ਇਹ ਬਿੱਲ ਜਿਹੜੇ ਹੈ ਰਾਸ਼ਟਰਪਤੀ ਨੂੰ ਭੇਜ ਸਕਦਾ ਪਰ ਉਹਨਾਂ ਅੱਖਾਂ ਨੇ ਜਿਉਂ تیر ਨਿਕਲ ਚੁੱਕਾ ਜੇ ਗਵਰਨਰ ਇਹ ਆਖੇ ਕਿ ਮੇਰੇ ਮਨਣ ਚ ਨਹੀਂ ਆਉਂਦੇ ਮੇਰੇ ਸਮਝ ਵਿੱਚ ਨਹੀਂ ਆਉਂਦੇ ਮੈਂ ਇਸ ਕਰਕੇ ਕਨਫਿਊਜ਼ਨ ਐ ਰਾਸ਼ਟਰਪਤੀ ਨੂੰ ਭੇਜਿਆ ਉਹ ਭੇਜਿਆ ਜਾ ਸਕਦਾ ਪਰ ਜਦੋਂ ਗਵਰਨਰ ਉਹਨਾਂ ਬਿੱਲਾਂ ਬਾਰੇ ਇੱਕ ਵਾਰੀ ਫੈਸਲਾ ਲੈ ਚੁੱਕਾ ਹੁਣ ਇਹਦਾ ਮਤਲਬ ਇਹ ਕਿ ਉਹਨੂੰ ਪਤਾ ਬਿੱਲਾਂ ਚ ਕੀ ਆ ਐਸ ਤਰ੍ਹਾਂ ਰਾਸ਼ਟਰਪਤੀ ਨੂੰ ਭੇਜਣ ਦੀ ਸੰਭਾਵਨਾ ਖਤਮ ਹੋ ਗਈ ਔਰ ਦੂਸਰੀ ਗੱਲ ਇਹ ਕਿ ਰੱਦ ਕਰਨ ਦੀ ਸੰਭਾਵਨਾ ਵੀ ਖਤਮ ਹੋ ਗਈ ਕਿਉਂਕਿ ਸੰਵਿਧਾਨ ਚ ਲਿਖਿਆ ਕਿ ਜਿਹੜੇ ਬਿੱਲ ਉਹ ਵਾਪਸ ਕਰੇਗਾ ਜੇ ਵਿਧਾਨ ਸਭਾ ਦੁਬਾਰਾ ਪਾਸ ਕਰਕੇ ਭੇਜ ਦਿੰਦੀ ਹੈ ਤੇ ਫਿਰ ਗਵਰਨਰ ਨੂੰ ਉਹਨਾਂ ਦਸਕ ਕਰਨੇ ਪੈਣਗੇ ਉਨ ਕੁਝਾਂ ਨੇ ਇਸੇ ਤਰ੍ਹਾਂ ਕੇਰਲਾ ਦਾ ਮਾਮਲਾ ਉੱਥੋਂ ਦੀ ਸਰਕਾਰ ਨੇ ਆਖਿਆ ਜੀ ਸਾਡੇ ਗਵਰਨਰ ਸਾਹਿਬ ਸਾਡੇ ਬਿੱਲ ਪਾਸ ਨਹੀਂ ਕਰ ਰਹੇ ਸੁਪਰੀਮ ਕੋਰਟ ਨੇ ਕੱਲ ਫਿਰ ਬਹੁਤ ਇਸ ਗੱਲ ਨੂੰ ਸਖਤੀ ਨਾਲ ਲਿਆ ਕਿ ਰਾਜਾਂ ਦੇ ਗਵਰਨਰ ਕਰਦੇ ਕੀ ਪੈ ਨੇ ਇੱਥੇ ਡੈਮੋਕ੍ਰੇਸੀ ਹੈ ਇਹ ਚੱਲਣ ਨਹੀਂ ਦੇਣਾ ਚਾਹੁੰਦੇ ਇਹ ਤਰੀਕਾ ਕੀ ਹੈ ਕਿ ਕਰਦੇ ਪੈ ਨੇ ਉਹਦੇ ਉੱਤੇ ਕਾਫੀ ਜਿਆਦਾ ਸੁਪਰੀਮ ਕੋਰਟ ਸਖਤ ਹੋਈ ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਲੋਕਤੰਤਰੀ ਸਿਸਟਮ ਹੈ ਉਹਦੇ ਚ ਜੇ ਗਵਰਨਰ ਇਸ ਤਰ੍ਹਾਂ ਬਿਲ ਆਪਣੇ ਕੋਲ ਰੱਖ ਕੇ ਜਦੋਂ ਤਿੰਨ ਤਿੰਨ ਸਾਲ ਕੋ ਫੈਸਲਾ ਹੀ ਨਾ ਕਰਨਗੇ ਇਹ ਸਿਸਟਮ ਪੈਰਲਾਈਜ਼ ਹੋ ਜਾਏਗਾ ਲਕਵਾ ਮਾਰ ਦੇਗਾ ਕੰਮ ਨਹੀਂ ਕਰਜੂ ਕਰੇਗਾ ਇਸ ਕਰਕੇ ਬਿਹਤਰ ਹੈ ਕਿ ਗਵਰਨਰ ਉਹਨਾਂ ਗੱਲਾਂ ਦਾ ਫੈਸਲਾ ਕਰਿਆ ਕਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੁਣ ਵਾਲੇ ਜਿਹੜੇ ਚੀਫ ਜਸਟਿਸ ਨੇ ਜਸਟਿਸ ਚੰਦਰ ਚੂੜ ਉਹਨਾਂ ਦੀ ਅਗਵਾਈ ਚ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਫੈਸਲੇ ਕਰਨ ਲੱਗ ਪਈ ਹੈ ਜਿਨ੍ਹਾਂ ਦੇ ਵਿੱਚ ਰੂਲ ਆਫ ਲਾ ਜਿਹੜਾ ਨਿਆਂ ਦਾ ਅ ਰਾਜ ਪ੍ਰਬੰਧ ਉਹਦੀ ਲੋਕਾਂ ਦੇ ਮਨ ਚ ਆਸ ਪੱਜਦੀ ਹੈ ਪਹਿਲਾਂ ਸਾਡੇ ਕੋਲ ਵਿਧਾਨ ਸਭਾਵਾਂ ਦੇ ਸਪੀਕਰ ਉਹ ਕਿਸੇ ਨੇ ਦਲ ਬਦਲੀ ਕੀਤੀ ਹੈ ਉਹ ਫੈਸਲਾ ਨਹੀਂ ਕਰਦੇ ਜੇ ਤੇ ਮੁੱਖ ਮੰਤਰੀ ਨੂੰ ਪੁੱਗਦਾ ਵੀ ਤੇ ਖੜੇ ਪੈਰ ਫੈਸਲਾ ਕਰਦੇ ਨਹੀਂ ਤੇ ਉਹ ਕਹਿੰਦੇ ਕਰ ਦਿਆਂਗੇ ਸਾਡੀ ਡਿਸਕਸ਼ਨ ਹੈ ਜਦੋਂ ਮਰਜ਼ੀ ਕਰੀਏ ਅਸੀਂ ਇਹ ਵੀ ਵੇਖਿਆ ਕਿ ਸਾਡੇ 3 ਸਾਲ ਵੀ ਇੱਕ ਵਾਰੀ ਇੱਕ ਅਸੈਂਬਲੀ ਦੇ ਸਪੀਕਰ ਨੇ ਫੈਸਲਾ ਨਹੀਂ ਕੀਤਾ ਬਾਅਦ ਵਿੱਚ ਨਵੀਆਂ ਚੋਣਾਂ ਹੋ ਗਈਆਂ ਫੈਸਲਾ ਕਰਨ ਦੀ ਲੋੜ ਨਾ ਰਹੀ ਜਿਹੜਾ ਦਲ ਬਦਲੀ ਕੀਤੀ ਸੀ ਉਹ ਮੰਤਰੀ ਬਣੇ ਰਹੇ ਇਸ ਤਰ੍ਹਾਂ ਦਾ ਕੰਮ ਹੋਇਆ ਦਾਰਿਆ ਅੱਜ ਕੱਲ ਮਹਾਰਾਸ਼ਟਰ ਦੀ ਵਿਧਾਨ ਸਭਾ ਦਾ ਸਪੀਕਰ ਚਰਚਾ ਚ ਉੱਥੇ ਜਿਨ੍ਹਾਂ ਲੋਕਾਂ ਨੇ ਉਹਦੋਂ ਠਾਕਰੇ ਵਾਲੀ ਸ਼ਿਵ ਸena ਛੱਡ ਕੇ ਤੇ ਇੱਕ ਨਾਦ ਸਿੰਦੇ ਵਾਲੀ ਸ਼ਿਵ ਸena ਦੇ ਨਾਲ ਸੰਬੰਧ ਜੋੜਿਆ ਉਹਨਾਂ ਸਾਰਿਆਂ ਦੇ ਖਿਲਾਫ ਦਲ ਬਦਲੀ ਵਿਰੋਧੀ ਕਾਨੂੰਨ ਦੇ ਵਿੱਚ ਸ਼ਿਕਾਇਤ ਹੋਈ ਹੈ ਉਹਨੂੰ ਸਪੀਕਰ ਨੂੰ ਉਹ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਸਾਰਿਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਉਹ ਨਹੀਂ ਕਰ ਰਿਹਾ ਜੇ ਉਹ ਕਾਰਵਾਈ ਨਾ ਕਰੇ ਤੇ ਜੋ ਉਹਨੇ ਕੀਤਾ ਜਿਉਂਨੇ ਕਹਤਾ ਜੋ ਕੀਤਾ ਕਰ ਗਿਆ ਠੀਕ ਹੋ ਗਿਆ ਵਿੱਚ ਕੋਈ ਗੱਲ ਨਹੀਂ ਇਹ ਫੈਸਲਾ ਸੁਪਰੀਮ ਕੋਰਟ ਦਾ ਜਣਾ ਉਹ ਸੁਪਰੀਮ ਕੋਰਟ ਨੇ ਵੇਖਣਾ ਕਿ ਸਪੀਕਰ ਨੇ ਫੈਸਲਾ ਠੀਕ ਕੀਤਾ ਕਿ ਗਲਤ ਕੀਤਾ ਉਹਨੂੰ ਪਤਾ ਮੇਰਾ ਫੈਸਲਾ ਉੱਥੇ ਜਾ ਕੇ ਅਟਕ ਜਾਣਾ ਇਸ ਕਰਕੇ ਉਹ ਫੈਸਲਾ ਨਹੀਂ ਕਰਦਾ ਪਿਆ ਹੁਣ ਸੁਪਰੀਮ ਕੋਰਟ ਨੇ ਉੱਥੇ ਵੀ ਸਖਤੀ ਕੀਤੀ ਹੈ ਕਿ ਅਸੀਂ ਸਪੀਕਰ ਨੂੰ ਇਹ ਅਧਿਕਾਰ ਨਹੀਂ ਦੇ ਸਕਦੇ ਕਿ ਉੱਥੇ ਬੈਠਾ ਆਪਣੇ ਕੋਲ ਇਹੋ ਜੀਆਂ ਸ਼ਿਕਾਇਤਾਂ ਦਾ ਥੱਬਾ ਲੈ ਕੇ ਤੇ ਡਿੱਗਦਾ ਰਹੇ ਕਿ ਅਗਲੀ ਵਾਰੀ ਚੋਣਾ ਹੋਣ ਗਿਆ ਤੇ ਮਾਮਲਾ ਲਟਕਦਾ ਆਪਣੇ ਟੱਟੇ ਕੂਚ ਵੇ ਕਹਨ ਪੁੱਛਣਾ ਪਊਗਾ ਜਿੱਦਾਂ ਸਪੀਕਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਕਿ ਫਲਾਨੀ ਤਰੀਕ ਤੋਂ ਪਹਿਲਾਂ-ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਬਾਰੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪਊਗਾ। ਉਸੇ ਤਰ੍ਹਾਂ ਹੀ ਉਹਨਾਂ ਨੇ ਗਵਰਨਰ ਦੇ ਮਾਮਲੇ ਵਿੱਚ ਵੀ ਕਹਿਤਾ ਕਿ ਗਵਰਨਰ ਬਿਨਾਂ وجہ ਕਿਸੇ ਕਾਰਨੋਂ ਦੱਸੇ ਬਗੈਰ ਲੰਮਾ ਸਮਾਂ ਇਹੋ ਜਿਹੇ ਵਿਧਾਨ ਸਭਾਵਾਂ ਚੋਂ ਪਾਸ ਹੋਏ ਬਿੱਲ ਆਪਣੇ ਕੋਲ ਦੱਬ ਕੇ ਨਹੀਂ ਰੱਖ ਸਕਦੇ। ਉਹਨਾਂ ਨੂੰ ਜਵਾਬ ਦੇਣਾ ਪਵੇਗਾ। ਹਾਂ ਜਾਂ ਨਾ ਕਰਨੀ ਪਵੇਗੀ। ਜੀ। ਉਹ ਡੈਮੋਕ੍ਰੇਸੀ ਦੇ ਸਿਸਟਮ ਦੇ ਨਾਲ ਚੱਲਣਾ ਪਵੇਗਾ। ਉਹ ਆਪਣੇ ਆਪ ਨੂੰ ਐਕਸਟਰਾ ਕਨਸਟੀਟਿਊਸ਼ਨਲ ਅਥਾਰਟੀ ਆਪਣੇ ਆਪ ਨੂੰ ਸੰਵਿਧਾਨ ਤੋਂ ਵੱਖਰੀ ਇੱਕ ਗੈਰ ਸੰਵਿਧਾਨਕੀ ਚੀਜ਼ ਨਹੀਂ ਸਮਝ ਸਕਦੇ ਇਹ ਲਫ਼ਜ਼ ਸੁਪਰੀਮ ਕੋਰਟ ਨੇ ਨਹੀਂ ਵਰਤੇ ਪਰ ਜੋ ਸੁਪਰੀਮ ਕੋਰਟ ਨੇ ਆਖਿਆ ਉਹਦਾ ਮਤਲਬ ਇਹ ਕਿ ਉਹਨਾਂ ਨੂੰ ਸੰਵਿਧਾਨ ਦੇ ਮੁਤਾਬਕ ਚੱਲਣਾ ਪਵੇਗਾ ਇਸ ਤੋਂ ਬਾਹਰ ਨਹੀਂ ਚੱਲ ਸਕਦੇ ਮੇਰਾ ਖਿਆਲ ਹੈ ਕਿ ਜੋ ਕੁਝ ਉੱਥੇ ਆਖਿਆ ਗਿਆ ਸਾਡੇ ਪੰਜਾਬ ਦੇ ਮਾਮਲੇ ਵਿੱਚ ਵੀ ਲਾਗੂ ਹੁੰਦਾ ਸੋ ਤਾਮਿਲਨਾਡੂ ਤੇ ਕੇਰਲਾ ਬਾਰੇ ਜੋ ਸੁਪਰੀਮ ਕੋਰਟ ਨੇ ਆਖਿਆ ਉਹ ਸਾਰੇ ਦੇਸ਼ ਵਾਸਤੇ ਬਹੁਤ ਅਹਿਮ ਹੈ ਜੀ ਬਿਲਕੁਲ ਠੀਕ ਮਾਨ ਸਰ ਤੇ ਜੀ ਮਾਣਯੋਗ ਸੁਪਰੀਮ ਕੋਰਟ ਦੇ ਨਾਲ ਜੁੜੀ ਹੋਈ ਇਕਲੀ ਖਬਰ ਦਾ ਜ਼ਿਕਰ ਕਰੀਏ ਤਾਂ ਪਰਾਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਈ ਲਗਾਤਾਰ ਉੱਥੇ ਚੱਲ ਰਹੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਵੀ ਜਿਹੜਾ ਉਹ ਠੇਕਰਾ ਜਿਹੜਾ ਉਹ ਲਗਾਤਾਰ ਸਰਕਾਰਾਂ ਫੋੜਦੀ ਆਈਆਂ ਨੇ ਪਰ ਅੱਜ ਸੁਪਰੀਮ ਕੋਰਟ ਕਾਫੀ ਸਖਤ ਟਿੱਪਣੀਆਂ ਕਰਦੇ ਹੋਏ ਨਜ਼ਰ ਆਈ ਹੈ। ਪੂਰਾ ਮਾਮਲਾ ਕੀ ਹੈ ਜੀ ਤੇ ਕੀ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਇਆ ਜੀ? ਸੁਪਰੀਮ ਕੋਰਟ ਚ ਜਾ ਕੇ ਤੁਹਾਨੂੰ ਬਾਤ ਦੱਸੂ। ਪਹਿਲਾਂ ਤੁਹਾਡੇ ਕੋਲ ਖਬਰ ਆ ਗਈ ਹੋਣੀ ਅੱਜ ਪੰਜਾਬ 'ਚ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ। ਜੀ। ਉਹਨੇ ਖੇਤਾਂ 'ਚ ਅੱਗ ਲਾਈ ਸੀ। ਪੁਲਿਸ ਚਲੀ ਗਈ ਪੁਲਿਸ ਨੂੰ ਵੇਖ ਕੇ ਭੱਜਿਆ ਫਿਰ ਉਹ ਡਰ ਸੀ ਕਿ ਮੇਰੇ ਤੇ ਸਖਤੀ ਹੋਣੀ ਮੇਰੇ ਤੇ ਕੇਸ ਵੀ ਬਣਨਾ ਉਹਨਾਂ ਜਾ ਕੇ ਖੁਦਕਿਸ਼ੀ ਕਰ ਲਈ ਪਿਛਲੇ ਅੱਜ ਨਾਲ ਚਿੱਕੋ ਗੱਲਾਂ ਹੁੰਦੀਆਂ ਰਹੀਆਂ ਨੇ ਇਹਨਾਂ ਤੇ ਕੇਸ ਬਣਾ ਦਿਓ ਕੇਸ ਬਣਾ ਦਿਓ ਦਿੱਲੀ ਵਾਲੀ ਸਰਕਾਰ ਜਿਹੜੀ ਕੇਂਦਰ ਸਰਕਾਰ ਕੋਈ ਪੰਜਾਬ ਦੇ ਖਿਲਾਫ ਪੋਲੂਸ਼ਨ ਕੰਟਰੋਲ ਬੋਰਡ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਜਿਹੜੇ ਹੋਰ ਥਾਵਾਂ ਤੋਂ ਸਾਰੀਆਂ ਤੋਂ ਟਿੱਪਣੀਆਂ ਆਉਂਦੀਆਂ ਸੀ ਇਹਨਾਂ ਦੇ ਖਿਲਾਫ ਸਖਤੀ ਕਰੋ ਕਰਦੇ ਕਿਉਂ ਨਹੀਂ ਮੁਰਮੜ ਕੇ ਅਸੀਂ ਦੱਸਦੇ ਸਾਂ ਕਿ ਹਰਿਆਣਾ ਦੇ ਕਈ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਸੜ ਤੋਂ ਜ਼ਿਆਦਾ ਜੇ ਪੰਜਾਬ 'ਚ ਇੰਨੀ ਪਰਾਲੀ ਸੜ ਜਾਂਦੀ ਹੈ ਉਹ ਤੇ ਪੰਜਾਬ 'ਚ ਪ੍ਰਦੂਸ਼ਣ ਕਿਉਂ ਨਹੀਂ? ਇੱਥੇ ਕਿਉਂ ਠੀਕ ਠਾਕ ਹੈ? ਜਿੱਦਾਂ ਅਸੀਂ ਚੰਡੀਗੜ੍ਹ ਤੇ ਕਿਉਂ ਨਹੀਂ ਪੈਂਦਾ? ਪੰਜਾਬ ਦੇ ਸ਼ਹਿਰਾਂ ਤੇ ਕਿਉਂ ਨਹੀਂ ਪੈਂਦਾ? ਇੱਕ ਤਰਫਾ ਤੌਰ ਤੇ ਇਹਨਾਂ ਰਗੜਾ ਗਏ। ਨਾਲ ਦੀ ਨਾਲ ਅਸੀਂ ਕਿਸਾਨਾਂ ਨੂੰ ਮੁਰਮੁੜ ਕਹਿੰਦੇ ਸਾਂ ਕਿ ਤੁਸੀਂ ਪਰਾਲੀ ਨਾ ਸਾੜੋ। ਜੇ ਤੁਸੀਂ ਪਰਾਲੀ ਸਾੜਦੇ ਆ ਧਰਤੀ ਦੀ ਹੱਕ ਸਾੜਦੇ ਆ। ਇਹ ਧਰਤੀ ਤੁਹਾਡੇ ਬੱਚਿਆਂ ਨੂੰ ਵੀ ਚਾਹੀਦੀ ਆ ਬੇੜਾ ਨਗਰ ਕਰੋ। ਅਸੀਂ ਕਿਸਾਨਾਂ ਨੂੰ ਸਮਝਾਉਣੀਆਂ ਹੀ ਦਿੰਦੇ। ਬਲਕਿ ਅਸੀਂ ਕਿਸਾਨ ਲੀਡਰਾਂ ਨੂੰ ਵੀ ਕਹਿੰਦੇ ਰਿਹਾ ਕਿ ਤੁਸੀਂ ਗਲਤ ਕਰਦੇ ਹੋ। ਕਿਸਾਨਾਂ ਨੂੰ ਇੱਕ ਸਮਝਾਓ ਕਿ ਪਰਾਲੀ ਨਾ ਸਾੜਨ ਦੂਸਰਾ ਜਿਹੜੇ ਸਾੜਦੇ ਆ ਉਹਨਾਂ ਨੂੰ ਇਹ ਆਖਣਾ ਤੋਂ ਹੀ ਸਾੜੋ ਅਸੀਂ ਵੇਖਦੇ ਆ ਇਹ ਤੁਹਾਡਾ ਤਰੀਕਾ ਗਲਤ ਹੈ ਅਸੀਂ ਮੁਰਮੁਰ ਕੇ ਇਹ ਵੀ ਗੱਲ ਕਹਿੰਦੇ ਰੇ ਪਰ ਅਸੀਂ ਇਹ ਸਮਝਦੇ ਹਾਂ ਕਿ ਕਿਸਾਨਾਂ ਨਾਲ ਇੱਕ ਹੱਦ ਤੋਂ ਵੱਧ ਤੁਸੀਂ ਸਖਤੀ ਕਰੋਗੇ ਨੁਕਸਾਨ ਹੁੰਦਾ ਹੁਣ ਹੋਇਆ ਕੀ ਆ ਜਿਹੜੀਆਂ ਮਸ਼ੀਨਾਂ ਵੀ ਆਈਆਂ ਉਹ ਮਸ਼ੀਨਾਂ ਵੱਡੇ ਕਿਸਾਨਾਂ ਦੇ ਕੰਮ ਦੀਆਂ ਸਾਬਤ ਹੋ ਰਹੀਆਂ ਨੇ ਛੋਟੇ ਕਿਸਾਨ ਨੂੰ ਨਹੀਂ ਮਿਲੀਆਂ ਇੱਕ ਆਮ ਗੱਲ ਕਹੀ ਜਾਂਦੀ ਆ ਕਿ ਵੱਡਾ ਕਿਸਾਨ ਖੇਤੀ ਨੂੰ ਖਾਂਦਾ ਛੋਟੇ ਕਿਸਾਨ ਨੂੰ ਖੇਤੀ ਖਾ ਜਾਂਦੀ ਹੈ ਜਿਹੜਾ ਛੋਟਾ ਕਿਸਾਨ ਹੈ ਉਹ ਮੁਕਾਬਲੇ ਜਵਾਰ ਹੋਈ ਜਾ ਰਿਹਾ ਇਹਨਾਂ ਦਿਨਾਂ ਚ ਸਾਡੇ ਕੋਲ ਇੱਕ ਰਿਪੋਰਟ ਇੱਕ ਦਿਨ ਬਾਗਾਪੁਰਾਣਾ ਦੇ ਇੱਕ ਪਿੰਡ ਤੋਂ ਇੱਕ ਨੌਜਵਾਨ ਕਿਸਾਨ ਨੇ ਮੈਨੂੰ ਆਖਿਆ ਕਹਿੰਦਾ ਜੀ ਮੇਰੇ ਕੋਲ ਦੋ ਤਿੰਨ ਕਿੱਲੇ ਪੈੜੀ ਹੈ ਸਾਡੀ ਪਰਾਲੀ ਖੜੀ ਹੈ ਉਹ ਸਾਰੇ ਕੋਲ ਜਿਹੜੀ ਉਹ ਪਰਾਲੀ ਦੀਆਂ ਗੰਢਾਂ ਬੰਨਣ ਵਾਲੀ ਮਸ਼ੀਨ ਹੈ ਉਹ ਆਈਏ ਨਾਲ ਦੇ ਖੇਤਾਂ ਚ ਕੰਮ ਕਰ ਰਹੀ ਹੈ ਮੇਰੀ ਵਟਨਾ ਵਟ ਸਾਂਝੀ ਹੈ ਮੈਂ ਆਖਿਆ ਮੇਰੇ ਵੀ ਕਰ ਜਾ ਕਹਿੰਦਾ ਕਰ ਜੰਨਾ ਉਹਨੇ ਚਿਰ ਨੂੰ ਉਹਨਾਂ ਦੂਸਰਿਆਂ ਨੇ ਫੋਨ ਕਰਵਾਤਾ ਉਹ ਕਹਿੰਦਾ ਤੇਰੀ ਨਹੀਂ ਕਰਨੀ ਮੈਨੂੰ ਫੋਨ ਆ ਗਿਆ ਮੈਂ ਅਗਲੇ ਕਰਨੀ ਅਸੀਂ ਕੀ ਕਰੀਏ ਹੁਣ ਹੁੰਦਾ ਕੀ ਆ ਕਿ ਪਿੰਡਾਂ ਦੇ ਵਿੱਚੋਂ ਲਗਭਗ ਹਰ ਪਿੰਡ 'ਚ 99% ਕਿਸਾਨ ਉਹ ਨੇ ਜਿਹੜੇ ਲੋੜਵੰਦ ਨੇ ਪਿੰਡ ਦੇ ਵਿੱਚ ਇੱਕ ਜਾਂ ਦੋ ਕਿਸਾਨ ਘਰੇ ਹੋ ਜੇ ਜੀ ਜਿਹੜੇ ਉਸ ਪਿੰਡ ਦਾ ਬਿਰਲਾ ਉਸ ਪਿੰਡ ਦਾ ਟਾਟਾ ਉਸ ਪਿੰਡ ਦਾ ਅੰਬਾਨੀ ਉਸ ਪਿੰਡ ਦਾ ਅਡਾਨੀ ਬਣੇ ਪਏ ਨੇ ਉਹ ਹਰ ਸਾਲ ਗੋਆਂਢੀਆਂ ਦੇ ਇੱਕ ਖੇਤ ਖਰੀਦ ਲੈਂਦੇ ਉਹ ਹਰ ਗੱਲ ਦੇ ਉੱਤੇ ਆਪਣੇ ਗਵਾਂਢੀਆਂ ਦਾ ਦੂਸਰੇ ਕਿਸਾਨਾਂ ਦਾ ਹੱਕ ਮਾਰਦੇ ਆ ਤੇ ਆਪ ਐਸ ਕਰਦੇ ਆ ਉਹ ਹਰ ਸਾਲ ਜਿੰਨੀਆਂ ਸਰਕਾਰੀ ਸਕੀਮਾਂ ਆਉਂਦੀਆਂ ਉਹਨਾਂ ਦਾ ਲਾਭ ਲੈਂਦੇ ਜਿਹੜੇ ਅਫਸਰ ਆਉਂਦੇ ਸਕੀਮਾਂ ਵੰਡਣ ਵਾਲੇ ਅਲਾਟ ਕਰਨ ਵਾਲੇ ਉਹਨਾਂ ਪਿੰਡ ਜਾਣਾ ਤੇ ਉਹਨਾਂ ਨੂੰ ਵੈਂਡ ਖਰਾਉਣ ਵਾਸਤੇ ਕੋਈ ਚੰਗਾ ਡਰੈਂਗ ਰੂਮ ਚਾਹੀਦਾ ਉਹ ਜਹਾ ਥਾਚੇ ਦੇ ਜਿੱਥੇ ਖਾਣ ਨੂੰ ਰੋਟੀ ਰੱਟੀ ਚੰਗੀ ਮਿਲ ਜੇ ਜੀ ਹੋਵੇ ਤੇ ਮੁਰਗਾ ਚੁਰਗਾ ਵੀ ਮਿਲ ਜਾਵੇ ਤੇ ਜੇ ਰਾਤ ਰਹਿਣੀ ਪਵੇ ਤੇ ਪੈਨਸ਼ਨ ਵੀ ਮਿਲ ਜੇ ਉਹ ਅਫਸਰ ਵੀ ਅਜੇ ਤੱਕ ਕਿਹੋ ਜਿਹਾ ਘਰ ਭਾਲਦੇ ਆ ਜਿੱਥੇ ਜਾ ਕੇ ਚੰਗਾ ਹੋਵੇ ਉਹ ਫਿਰ ਜਿਹਦੇ ਘਰ ਜਿਹਦਾ ਅੰਨ ਪਾਣੀ ਉਹਦਾ ਕੰਮ ਜਾਣੀ ਉਹਦੇ ਘਰ ਜ ਉਹਦਾ ਲੂਣ ਖਤਾਂ ਦਾ ਜਾਣ ਲੱਗਿਆ ਅਧੀਆਂ ਸਕੀਮਾਂ ਉਹਦੇ ਘਰ ਹੀ ਢੇਰ ਬਣ ਜਾਂਦੇ ਇਹ ਕੰਮ ਪਿੰਡਾਂ 'ਚ ਬਹੁਤ ਹੋ ਰਿਹਾ ਉਹਦੇ ਕਰਕੇ ਕਿਸਾਨ ਪੰਜਾਬ ਦਾ ਤੰਗ ਵੀ ਆ ਪਰ ਆਲੀ ਬਾਰੇ ਹੁਣ ਛੋਟਾ ਕਿਸਾਨ ਉਹਦੇ ਕੋਲ ਬਹੁਤੇ ਸੁਮੇ ਹਨ ਅਸੀਂ ਫਿਰ ਕਹਿੰਨਿਆ ਕਹੇ ਤਰੀਕੇ ਉਹ ਖਸੋਖੇ ਲੋ ਅਗਨਾ ਲਓ ਪਰ ਅਸੀਂ ਤੇ ਸਮਝਾਉਣੀ ਦੇ ਸਕਦੇ ਜੋ ਸੁਪਰੀਮ ਕੋਰਟ ਨੇ ਅੱਜ ਆਖਿਆ ਕਿ ਤੁਸੀਂ ਮੋੜ ਮੋੜ ਕੇ ਕਿਸਾਨਾਂ ਨੂੰ ਵਾਕੀ ਜਾਂਦੇ ਹੋ ਕਿਸਾਨ ਨੂੰ ਤੁਸੀਂ ਖਲਨਾਇਕ ਬਣਾ ਦਿੱਤਾ ਫਿਲਮਾਂ 'ਚ ਮਿਲਣ ਹੁੰਦੇ ਆ ਜਿਨ੍ਹਾਂ ਨੂੰ ਕੁੱਟ ਖਾਣ ਵਾਸਤੇ ਰੱਖਿਆ ਹੁੰਦਾ ਤੇ ਅਸੀਂ ਕਿਸਾਨ ਨੂੰ ਇਸ ਕੰਮ ਵਾਸਤੇ ਰੱਖਿਆ ਅੱਜ ਸੁਪਰੀਮ ਕੋਰਟ ਪਹਿਲੀ ਵਾਰੀ ਕਿਸਾਨਾਂ ਦੇ ਪੱਖ ਵਿੱਚ ਇਸ ਤਰ੍ਹਾਂ ਬੋਲੀ ਹੈ ਜਿਵੇਂ ਕੋਈ ਕਿਸਾਨਾਂ ਦੀ ਹਮਦਰਦ ਸੰਸਥਾ ਹੁੰਦੀ ਔਰ ਠੀਕ ਕੀਤਾ ਮੈਨੂੰ ਲੱਗਦਾ ਇੱਕ ਸੁਪਰੀਮ ਕੋਰਟ ਨੂੰ ਬਹੁਤ ਧੇਰ ਪਹਿਲਾਂ ਕਰਨਾ ਚਾਹੀਦਾ ਜਦੋਂ ਕਿਸਾਨ ਐਗਿਟੇਸ਼ਨ ਚੱਲਦੀ ਸੀ ਉਦੋਂ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾ ਕੇ ਜੋ ਕੁਝ ਕੀਤਾ ਸੀ ਉਹ ਸਾਰਾ ਕਿਸਾਨਾਂ ਦੇ ਖਿਲਾਫ ਸੀ ਤਹੀ ਕਰਿਆ ਸੁਪਰੀਮ ਕੋਰਟ ਗਲਤ ਕਰ ਰਹੀ ਖੁੱਲ ਕੇ ਹੀ ਆਖਿਆ ਹੁਣ ਉਹੋ ਹੀ ਸੁਪਰੀਮ ਕੋਰਟ ਹੈ ਉਹਦੇ ਵਾਲੇ ਜੱਜ ਨਹੀਂ ਹੁਣ ਹੋਰ ਤਰ੍ਹਾਂ ਦੇ ਜੱਜ ਨੇ ਹੁਣ ਵਾਲੇ ਜੱਜ ਸਾਹਿਬਾਨ ਨੇ ਅੱਜ ਕਿਸਾਨਾਂ ਦਾ ਦਰਦ ਜਿਸ ਤਰ੍ਹਾਂ ਵੇਖਿਆ ਮਹਿਸੂਸ ਕੀਤਾ ਤੇ ਜੋ ਆਖਿਆ ਉਹ ਸਵਾਗਤ ਹੋ ਗਿਆ ਤੇ ਇਹਦੇ ਤੋਂ ਅੱਗੇ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਠੰਮੇ ਨਾਲ ਗੱਲ ਕਰਨ ਕਾਨੂੰਨ ਲਾਗੂ ਵੀ ਕਰਨਾ ਚਾਹੀਦਾ ਹੁਣ ਤਾਂ ਵੈਸੇ ਹੀ ਪ੍ਰਾੜੀ ਸੱਟ ਸੁੱਟ ਗਈ ਜਿੰਨੀ ਅਕਸਰ ਨਹੀਂ ਥੋੜੀ ਜਿਹੀ ਰਹਿ ਗਈ ਮਾੜੀ ਮੋਟੀ ਹਾਥੀ ਲੰਘ ਗਿਆ ਪੂਛ ਹੀ ਰਹਿ ਗਈ ਆ ਇਸ ਮੌਕੇ ਸਾਰਿਆਂ ਨੂੰ ਠੰਮੇ ਨਾਲ ਚੱਲਣ ਦੀ ਲੋੜ ਜੀ ਬਿਲਕੁਲ ਠੀਕ ਬੰਨੂ ਸਾਹਿਬ ਤੇ ਬੰਨੂ ਸਾਹਿਬ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੋ ਸਿੱਖ ਜੱਜਾਂ ਦੀ ਨਿਯੁਕਤੀ ਨਾ ਹੋਣ ਕਰਕੇ ਇਸ ਵੇਲੇ ਮਸਲਾ ਜਿਹੜਾ ਉਹ ਖੜਾ ਹੋਇਆ ਸਪਰੀਮ ਕੋਰਟ ਉਹਦੇ ਉੱਤੇ ਵੀ ਕੋਈ ਟਿੱਪਣੀਆਂ ਕਰ ਰਹੀ ਹੈ ਕੋਈ ਗੱਲ ਉੱਥੇ ਵੀ ਹੋ ਰਹੀ ਹੈ ਇਹ ਪੂਰਾ ਮਾਮਲਾ ਕੀ ਹੈ ਤੇ ਇਹ ਮੁੱਦਾ ਆਖਰ ਮੁੱਦਾ ਕਿਉਂ ਬਣਿਆ ਅੱਜ ਤਾਂ ਮੈਨੂੰ ਲੱਗਦਾ ਸਾਡਾ ਪ੍ਰੋਗਰਾਮ ਸਪਰੀਮ ਕੋਰਟ ਸਪੈਸ਼ਲੀ ਬਣਨਾਣਾ ਪਹਿਲਾਂ ਗਵਰਦਨਾਂ ਦੀ ਗੱਲ ਕੀਤੀ ਫਿਰ ਕਿਸਾਨਾਂ ਦੀ ਹੁਣ ਵਕੀਲਾਂ ਦੀ ਆਪਾਂ ਕਰਨ ਲੱਗੇ ਮਾਮਲੇ ਸੁਪਰੀਮ ਕੋਰਟ ਦੇ ਦੀ ਖਬਰ ਲਗਾਤਾਰ ਹੋਏ ਨੇ ਪਹਿਲੀ ਦੇ ਵਿੱਚ ਵੀ ਜਦੋਂ ਅਸੀਂ ਆਖਿਆ ਕਿ ਵਿਧਾਨ ਸਭਾ ਸਮਾਗਮ ਸੱਦਿਆ ਪੰਜਾਬ ਸਰਕਾਰ ਨੇ ਜੀ ਉੱਚ ਉਹ ਅਸੀਂ ਆਖਿਆ ਕਿ ਸੁਪਰੀਮ ਕੋਰਟ ਦਾ ਆਸਰਾ ਲੈ ਕੇ ਸੱਦਿਆ ਹੁਣ ਗਵਰਦਨਾਂ ਨਹੀਂ ਕਰ ਸਕਦਾ ਜੀ ਇਹ ਜਿਹੜੇ ਤੋਂ ਹਾਕਾ ਲੈ ਆਖੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਜਿੱਦਿ ਚ ਸੀਨੀਅਰ ਜੱਜਾਂ ਦਾ ਇੱਕ ਪੈਨਲ ਬਣਿਆ ਹੁੰਦਾ ਚੀਫ ਜਸਟਿਸ ਵਿੱਚੋਂ ਦਾ ਉਹ ਫੈਸਲਾ ਕਰਦੇ ਆ ਕਿ ਅੱਗੇ ਤੋਂ ਹਾਈ ਕੋਰਟਾਂ ਵਿੱਚ ਜੱਜ ਅਸੀਂ ਕਿਹੜੇ ਬਣਾਉਣੇ ਜੱਜ ਸੈਸ਼ਨ ਕੋਰਟਾਂ ਵਿੱਚੋਂ ਸੀਨੀਅਰ ਸੈਸ਼ਨ ਜੱਜਾਂ ਦੇ ਵਿੱਚੋਂ ਵੀ ਜੱਜ ਪ੍ਰਮੋਟ ਕੀਤੇ ਜਾ ਸਕਦੇ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਵਿੱਚੋਂ ਵੀ ਸੀਨੀਅਰ ਵਕੀਲਿਆ ਵਿੱਚ ਕੋਈ ਸੀਨੀਅਰ ਨਹੀਂ ਹੁੰਦਾ ਉਮਰ ਨਾਲ ਸੀਨੀਅਰ ਨਹੀਂ ਹੁੰਦਾ ਇਹ ਵੇਖਿਆ ਜਾਂਦਾ ਕਿ ਉਹਦੇ ਕਿੰਨੇ ਕੁ ਪਾਸ ਕੇਸ ਪਾਸ ਲਗਦੇ ਆ ਉਹਦੇ ਜੋ ਬਕਾਇਦਾ ਸੀਨੀਅਰ ਡਿਕਲੇਅਰ ਕੀਤੇ ਜਾਂਦੇ ਉਹਦੇ ਸੀਨੀਅਰ ਵਕੀਲ ਆ ਉਹਨਾਂ ਚੋਂ ਕੁਝ ਵਕੀਰ ਵੀ ਲੈ ਜਾਂਦੇ ਆ। ਇਦਾਂ ਹੀ ਸੁਪਰੀਮ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਹਾਈ ਕੋਰਟਾਂ ਵਿੱਚੋਂ ਜੱਜ ਆਉਂਦੇ ਆ। ਵਕੀਲਾਂ ਵਿੱਚੋਂ ਵੀ ਸਿੱਧੇ ਬਣ ਜਾਂਦੇ ਕਦੇ। ਮੌਕਾ ਮਿਲਦਾ। ਇਹ ਹੁਣ ਜਿਹੜਾ ਸਿਸਟਮ ਕੌਲਿਜੀ ਬਣਿਆ ਕੁਝ ਨਾ ਭੇਜੇ ਕਿ ਆ ਹਾਈ ਕੋਰਟਾਂ ਦੇ ਜੱਜ ਬਣਾਏ ਜਾਣੇ ਚਾਹੀਦੇ ਆ। ਭਾਰਤ ਸਰਕਾਰ ਨੇ ਉਹਦੇ ਚੋਂ ਆਪਣੀ ਮਰਜ਼ੀ ਦੇ ਕੁਝ ਨਾਮ ਪਾਸ ਕਰਤੇ ਬਾਕੀ ਰੋਕ ਲਏ। ਕਿ ਹੁਣ ਨਹੀਂ ਹੋਇਆ। ਇਹ ਪਿਛਲੇ ਕੋਈ 20-22 ਸਾਲਾਂ ਤੋਂ ਹੋਣ ਰਿਹਾ। ਵਾਜਪੀ ਸਰਕਾਰ ਵੇਲੇ ਵੀ ਹੁੰਦਾ ਸੀ, ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਉਹ ਵਾਲੀ ਸਰਕਾਰ ਦੇ ਵਕਤ ਜ਼ਿਆਦਾ ਹੋਣ ਲੱਗ ਪਿਆ। ਦੋ ਤਿੰਨ ਵਾਰੀ ਜਸਟਿਸ ਰੰਜਨ ਗੋਗੋਈ ਵੀ ਇਸ ਗੱਲ ਦੇ ਉੱਤੇ ਨਾਰਾਜ਼ ਹੋਏ ਸੀ ਕਿ ਕਾਲਜ ਨੂੰ ਕਰਕੇ ਭੇਜਦਾ ਤੁਸੀਂ ਪਾਸ ਕਿਉਂ ਨਹੀਂ ਕਰਦੇ? ਜਿੱਦਾਂ ਅਸੀਂ ਕਹਿੰਨੇ ਗਵਰਨਰ ਬਿੱਲਾਂ ਦੇ ਉੱਤੇ ਬੈਠੇ ਰਹਿੰਦੇ ਕਹੇ ਪਾਸੇ ਨਹੀਂ ਲਾਉਂਦੇ। ਉਸੇ ਤਰ੍ਹਾਂ ਕੇਂਦਰ ਸਰਕਾਰ ਕਾਲੇਜੀਅਮ ਦੇ ਸਿਫਾਰਸ਼ਾਂ ਮੁਤਾਬਕ ਨਵੇਂ ਜੱਜ ਨਿਯੁਕਤ ਕਰਨ ਦਾ ਕੰਮ ਉਹ ਵੀ ਕਿੰਨਾ ਕਰੈਚਰ ਕਰਦੀ ਨਹੀਂ। ਕਾਲੇਜੀਅਮ ਦੇ ਵਿੱਚ ਸਿਫਾਰਸ਼ ਕੀਤੀ ਜਾਂਦੀ ਹੈ ਕਿ ਫਲਾਨਾ ਜੱਜ ਫਲਾਨੀ ਹਾਈ ਕੋਰਟ ਤੋਂ ਫਲਾਨੀ ਹਾਈ ਕੋਰਟ ਚ ਟ੍ਰਾਂਸਫਰ ਕਰ ਦਿਓ। ਕੇਂਦਰ ਸਰਕਾਰ ਉੱਤੇ ਦਸਕਤਨੀ ਕਰਦੀ ਮੋਹਰ ਨਹੀਂ ਲਾਉਂਦੀ ਕੱਲ ਸੁਪਰੀਮ ਕੋਰਟ ਨੇ ਇਹ ਸਾਰਾ ਕੇਸ ਦੁਬਾਰਾ ਸੁਣਿਆ ਸੁਣ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਤੁਸੀਂ ਪਿਕ ਐਂਡ ਚੂਜ਼ ਕਰਦੇ ਪਿਕਨ ਚੂਜ਼ ਅੰਗਰੇਜ਼ੀ ਦਾ ਮਤਲਬ ਜਿਹਦੇ ਜੇ ਆ ਕਿ ਗਿਣ ਗਿਣ ਕੇ ਕਿਆ ਪਾ ਕਰਨਾ ਤੇ ਨਹੀ ਕਰਨਾ ਚੁਣ ਚੁਣ ਕੇ ਨਿਸ਼ਾਨੇ ਫੁੰਦਦੇ ਆ ਤੁਸੀਂ ਇਹ ਤਰੀਕਾ ਠੀਕ ਨਹੀਂ ਉਹਦੀ ਚ ਇੱਕ ਸਵਾਲ ਆ ਗਿਆ ਕਿ ਦੋ ਸਿੱਖ ਵਕੀਲ ਉਹ ਸਿੱਖ ਹੋਣ ਕਰਕੇ ਨਹੀਂ ਸਿਆਣੇ ਵਕੀਲ ਹੋਣ ਕਰਕੇ ਉਹਨਾਂ ਨੂੰ ਪ੍ਰਮੋਟ ਕੀਤਾ ਜੇ ਉਹਨਾਂ ਨੂੰ ਹਾਈ ਕੋਰਟ ਦੇ ਜੱਜ ਲਾਇਆ ਜਾ ਰਿਹਾ ਸੀ ਦੋਵਾਂ ਦਾ ਰਿਪਿਊਟੇਸ਼ਨ ਚੰਗਾ ਜਦੋਂ ਕਿਸੇ ਜੱਜ ਨੂੰ ਪ੍ਰਮੋਟ ਕੀਤਾ ਜਾਂਦਾ ਭਾਵੇਂ ਤੇ ਉਹ ਸੈਸ਼ਨ ਕੋਰਟ 'ਚ ਹੋਵੇ ਭਾਵੇਂ ਵਕੀਲਾਜ 'ਚ ਹੋਵੇ ਵੇਖਿਆ ਜਾਂਦਾ ਕਿ ਵਕੀਲ ਦੇ ਤੌਰ ਤੇ ਜਾਂ ਜੱਜ ਦੇ ਤੌਰ ਤੇ ਦੀ ਪਰਫਾਰਮੈਂਸ ਕਿੰਨੀ ਦਈ ਪੰਜਾਬ ਦੇ ਵਿੱਚ 20-22 ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਦੇ ਸੈਸ਼ਨ ਜੱਜ ਨੇ ਉਹਨਾਂ 'ਚੋਂ ਕਿਸੇ ਜੱਜ ਨੇ ਸਾਲ ਦੇ ਵਿੱਚ 50 ਫੈਸਲੇ ਕੀਤੇ ਉਹਦੇ 50 ਦੇ ਵਿੱਚੋਂ 45 ਪਾਸ ਹੋ ਗਏ 5 ਹਾਈ ਕੋਰਟ ਜਾ ਕੇ ਰੱਦ ਹੋ ਗਏ ਉਹਨਾਂ 'ਚੋਂ ਵੀ ਗਾਂਹ ਜਾ ਕੇ ਸੁਪਰੀਮ ਕੋਰਟ 'ਚ 3 ਹੋਰ ਰੱਦ ਹੋ ਗਏ ਇਹਦਾ ਮਤਲਬ ਕਿ 40 ਇਕ ਤਾਂ 50 ਦੇ ਵਿੱਚ ਉਹਦੇ ਪਾਸ ਹੋਈਗਾ 80% ਰਿਜ਼ਲਟ ਪਰ ਕੋਈ ਜੱਜ ਕਿਸੇ ਜ਼ਿਲ੍ਹੇ ਤੇ ਇਹੋ ਜਿਹਾ ਬੈਠਾ ਜਿਨੇ 50 ਫੈਸਲੇ ਕੀਤੇ ਉਹਦੇ 15 ਪਾਰ ਲੱਗੇ 35 ਉਹਦੇ ਹਾਈ ਕੋਰਟ ਜਾ ਕੇ ਡੇਪੇ ਜਿਹਦੇ ਫੈਸਲੇ ਟਿਕੇ ਰਹਿੰਦੇ ਆ ਜਿਆਦਾ ਟਿਕਾਊ ਹੁੰਦੇ ਉਹਦੀ ਪ੍ਰੋਮੋਸ਼ਨ ਆਮ ਤੌਰ ਤੇ ਕਰ ਦਰਵਾਜਾ ਉਹਨੂੰ ਸਿਨਿਅਰਟੀ ਚ ਰੱਖਿਆ ਜਾਂਦਾ ਇਹ ਕੁਝ ਗੱਲਾਂ ਕਾਲੇਜੀਅਮ ਵਾਲੇ ਸੀਨੀਅਰ ਜੱਜ ਬੈਠ ਕੇ ਜਦੋਂ ਫੈਸਲਾ ਕਰਦੇ ਆ ਬੜਾ ਸੋਚ-ਸੋਚ ਕਰਦੇ ਆ ਹੁਣ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਜਦੋਂ ਕਿਰਨ ਰਜੀਜੂ ਕੇਂਦਰੀ ਮੰਤਰੀ ਸੀ ਕਾਨੂੰਨ ਮੰਤਰੀ ਉਹਨੇ ਕਰੀ ਸਿੱਧੇ ਖੈਤ ਤਸਵੀਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਨਿਯੁਕਤੀਆਂ ਵਿੱਚ ਤੇ ਟ੍ਰਾਂਸਫਰਾਂ 'ਚ ਸਰਕਾਰ ਦੀ ਸਹਿਮਤੀ ਵੀ ਚਾਹੀਦੀ ਹੈ ਸਰਕਾਰ ਦੀ ਮਰਜ਼ੀ 'ਚ ਚੱਲਣੀ ਚਾਹੀਦੀ ਤੁਸੀਂ ਸਾਰੇ ਆਪੇ ਕਿਉਂ ਕਰੋ ਉਦੋਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਆਖਿਆ ਸੀ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਸਾਡਾ ਕੋਲੇਜੀਅਮ ਦਾ ਸਿਸਟਮ ਮਤਲਬ ਫੂਲ ਪ੍ਰੂਫ ਹੈ ਕੋਈ ਗਲਤੀ ਨਹੀਂ ਹੁੰਦਾ ਸਾਡੇ ਚ ਵੀ ਗਲਤੀਆਂ ਰਹਿੰਦੀਆਂ ਪਰ ਅਸੀਂ ਇਹ ਇਸ ਗੱਲ ਦਾ ਮੌਕਾ ਨਹੀਂ ਦੇ ਸਕਦੇ ਕਿ ਜਿੱਦਾਂ ਉੱਥੇ ਅਮਰੀਕਾ 'ਚ ਹੈ ਕਿ ਆ ਜੱਜ ਡੈਮੋਕ੍ਰੈਟਿਕ ਪਾਰਟੀ ਦੇ ਤਿਆਰ ਪਬਲਿਕਨ ਪਾਰਟੀ ਦੇ ਇਹ ਮੌਕਾ ਨਹੀਂ ਦਿੱਸ ਸਕਦਾ ਕਿ ਤੁਸੀਂ ਹੁਣ ਸਿਆਸਤਦਾਨ ਫੈਸਲਾ ਕਰੋ ਕਿਹੜੀ ਹਾਈ ਕੋਰਟ ਕਿਹੜੇ-ਕਿਹੜੇ ਜੱਜ ਰੱਖਣੇ ਆ ਤੇ ਕਿਹੜੇ ਨਹੀਂ ਰੱਖਣੇ ਸੁਪਰੀਮ ਕੋਰਟ ਕਿਹੜੇ ਜੱਜ ਕਿਸ ਹੱਦ ਤੱਕ ਨਹੀਂ ਛੱਡ ਸਕਦੇ ਉਦੋਂ ਤੋਂ ਲੈ ਕੇ ਖਚੋਤਾਂ ਚੱਲਦੀ ਪਈ ਹੈ ਹੁਣ ਵੀ ਜੇ ਕੇਂਦਰ ਸਰਕਾਰ ਇਹਨਾਂ ਗੱਲਾਂ ਤੇ ਅੜੀ ਕਰਦੀ ਹੈ ਤੇ ਮੇਰਾ ਖਿਆਲ ਉਹ ਗਲਤ ਕਰਦੀ ਉਹ ਸਰਕਾਰ ਨਹੀਂ ਚਾਹੀਦਾ ਕੋਲੇਜਿੰਗ ਦਾ ਸਿਸਟਮ ਚੱਲਦਾ ਰਹਿਣ ਦੇਣਾ ਚਾਹੀਦਾ ਉਹਦੀਆਂ ਸਿਫਾਰਸ਼ਾਂ ਮੰਨ ਲੈਣੀਆਂ ਚਾਹੀਦੀਆਂ ਬਿਲਕੁਲ ਠੀਕ ਬੰਨ ਸਾਹਿਬ ਤੇ ਜਾਂਦੇ-ਜਾਂਦੇ ਖਬਰ ਰਿਸ਼ੀ ਰਿਸ਼ੀ ਸੁਣਕ ਬਾਰੇ ਵੀ ਲੈਣੀ ਹੈ ਤੇ ਉਹ ਲੋਕਡਾਊਨ ਨੂੰ ਲੈ ਕੇ ਕੁਝ ਆਖਰੀ ਸੀ ਤੇ ਉਸ ਤੋਂ ਬਾਅਦ ਬੜੀ ਵਿਰੋਧ ਉਹਨਾਂ ਨੇ ਹੁਣ ਦੀ ਆਖਿਆ ਇੱਕ ਕਿਤਾਬ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਜਦੋਂ ਕੋਵਿਡ ਦੇ ਦਿਨ ਸੀ ਲਾਕਡਾਊਨ ਲਾਉਣਾ ਸੀ ਇਹ ਗੱਲ ਸੀ ਕਿ ਜੇ ਲਾਕਡਾਊਨ ਲਾਇਆ ਤੇ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਖੁੱਸ ਜਾਣਗੇ ਕਈ ਇੰਡਸਟਰੀ ਦੇ ਕਾਰੋਬਾਰ ਦੇ ਅਧਾਰਿਤ ਤਬਾਹ ਹੋ ਸਕਦੇ ਉਹਨਾਂ ਨੂੰ ਨੁਕਸਾਨ ਹੁੰਦਾ ਕਾਰੋਬਾਰ ਦਾ ਨੁਕਸਾਨ ਖਾਸ ਤੌਰ ਤੇ ਗਿਣਿਆ ਜਾ ਰਿਹਾ ਸੀ ਦੂਸਰੇ ਪਾਸੇ ਜੇ ਲਾਕਡਾਊਨ ਨਾ ਲਾਇਆ ਲੋਕੀ ਖੁੱਲੇ ਫਿਰਦੇ ਰਹੇ ਤੇ ਬਿਮਾਰੀ ਵਧਦੀ ਜਾਂਦੀ ਹੈ ਕੰਟਰੋਲ ਤੋਂ ਬਾਹਰ ਹੋ ਰਹੀ ਲੋਕ ਬਹੁਤ ਮਰ ਤਗੇ ਉਹ ਜਿਹਨੇ ਕਿਤਾਬ ਲਿਖੀ ਉਹ ਇਹ ਕਹਿੰਦਾ ਕਿ ਅੰਦਰ ਮੀਟਿੰਗ ਵਿੱਚ ਰਿਸ਼ੀ ਸੋਨਿਕ ਨੇ ਰਿਸ਼ੀ ਸੋਨਿਕ ਨੂੰ ਦੁੱਖ ਜਨਾ ਮੰਤਰੀ ਹੁੰਦਾ ਸੀ ਕਹਿੰਦੇ ਨੇ ਆਖਿਆ ਸੀ ਵੀ ਲਾਕਡਾਊਨ ਨਹੀਂ ਲਾਉਣਾ ਚਾਹੀਦਾ ਕਾਰੋਬਾਰ ਚੱਲਦੇ ਰਹਿਣੇ ਚਾਹੀਦੇ ਆ ਜੇ ਕੋਈ ਲੋਕ ਮਰ ਵੀ ਜਾਣ ਕੋਈ ਫਰਕ ਨਹੀਂ ਪੈਂਦਾ ਜੇ ਇਹਨੇ ਗੱਲ ਸੱਚੀ ਮੁੱਝੀ ਆਖੀ ਹੋਵੇ ਇਹ ਬੜਾ ਅਣਮਨੁੱਖੀ ਵਿਹਾਰ ਇਹਨੂੰ ਇਹ ਗੱਲ ਨਹੀਂ ਸੀ ਆਖਣੀ ਚਾਹੀਦੀ ਬਿਲਕੁਲ ਮਾੜੀ ਗੱਲ ਆਖੀ ਇਸ ਪਦਰ ਤੇ ਗਏ ਬੰਦੇ ਨੂੰ ਲੋਕਾਂ ਦੀਆਂ ਮਨੁੱਖੀ ਭਾਵਨਾਵਾਂ ਦਾ ਸਤਕਾਰ ਕਰਕੇ ਫਿਰ ਬੋਲਣਾ ਚਾਹੀਦਾ ਸੀ ਅੱਗੇ ਇਹਦੇ ਤੋਂ ਪਹਿਲਾਂ ਜਿਹੜਾ ਬੋਰਸੀ ਅਨਸਨ ਸੀ ਪ੍ਰਧਾਨ ਮੰਤਰੀ ਉਹ ਕਿਉਂ ਲੱਥ ਕਿ ਸਾਰੇ ਦੇਸ਼ ਦੇ ਵਿੱਚ ਲੋਕਡਾਊਨ ਆ ਲੋਕਾਂ ਨੂੰ ਆਖਿਆ ਪੰਜ ਤੋਂ ਵੱਧ ਲੋਕ ਇਕੱਠੇ ਨਾ ਹੋਣ ਤੇ ਆਪਣੇ ਸਰਕਾਰੀ ਰਿਹੈਸ ਜਿਹੜੀ ਆ ਉਹ 10 ਡਾਨਿੰਗ ਸਟਰੀਟ ਉਹਦੇ ਵਿੱਚ ਇਹ ਪਾਰਟੀਆਂ ਕਰਦੇ ਰੇ ਪਹਿਲਾਂ ਤਾਂ ਮੰਨੇ ਨਾ ਫਿਰ ਮੰਨਿਆ ਕਹਿੰਦਾ ਜੀ ਮੇਰੀ ਪਾਰਟੀ ਮੇਰੀ ਵਾਈਫ ਨੇ ਰੱਖ ਲਈ ਮੇਰਾ ਬਰਥਡੇ ਸੀ ਉਹਦੇ ਤੋਂ ਬਾਅਦ ਇਹ ਮੰਨਿਆ ਕਿ ਪਾਰਟੀ ਨਹੀਂ ਪਾਰਟੀਆਂ ਕੀਤੀਆਂ ਇਹ ਵੀ ਮੰਨਿਆ ਕਿ ਬਾਹਰ ਦੇ ਲੋਕ ਵੀ ਆਉਂਦੇ ਰੇ ਸਾਰੇ ਦੇਸ਼ ਨੂੰ ਘਰਾਂ 'ਚ ਤਾੜ ਕੇ ਤੇ ਪ੍ਰਧਾਨ ਮੰਤਰੀ ਆਪਣੇ ਘਰ ਪਾਰਟੀਆਂ ਕਰਦੇ ਰੇ ਉਹ ਗੱਲ ਨਹੀਂ ਵੱਧ ਗਈ ਕਿ ਉਹ ਨਸਤੀਫਾ ਦੇਣਾ ਪਿਆ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਤਕਾਰ ਨਹੀਂ ਸੀ ਕੀਤਾ ਚੰਦਗੀਆਂ ਚਲੇ ਆ ਆਪਣੀ ਮਰਜ਼ੀ ਚਲਾਈ ਸੀ ਇਸ ਕਰਕੇ ਉਹ ਅਹੁਦਾ ਛੱਡਣਾ ਪਿਆ ਸੀ ਰਿਸ਼ੀ ਸੋਨਿਕ ਜਦੋਂ ਬਣਿਆ ਸਾਡੇ ਭਾਰਤੀਆਂ ਨੂੰ ਬੜਾ ਚਾਚੜਾ ਸੀ ਭਾਰਤੀ 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 ਮੂਲ ਦਾ ਉਹ ਭਾਰਤੀ ਮੂਲ ਦਾ ਹੋ ਕੇ ਵੀ ਬ੍ਰਿਟਿਸ਼ ਨਾਗਰਿਕਾਂ ਨੇ ਜੋ ਫੈਸਲੇ ਕਰਨੇ ਆ ਕੱਲ ਨੂੰ ਵੋਟਾਂ ਉਹਨੇ ਬ੍ਰਿਟਨ ਦੇ ਨਾਗਰਿਕਾਂ ਤੋਂ ਲੈਣੀਆਂ ਭਾਰਤੀਆਂ ਤੋਂ ਨਹੀਂ ਇੱਥੇ ਦਿੱਲੀ ਆ ਕੇ ਵੋਟਾਂ ਨਹੀਂ ਮੰਗਣੀਆਂ ਫੈਸਲੇ ਤੇ ਉਹਨਾਂ ਦੇ ਸੋਚ ਕੇ ਕਰਨੇ ਆ ਕਮਲਾ ਹੈਰਿਸ ਬਣੀ ਅਮਰੀਕਾ 'ਚ ਤੁਨੇ ਵੋਟਾਂ ਕਿਤੇ ਲਿਖਣਾ ਉਚੋ ਆ ਕੇ ਮੰਗਣੀਆਂ ਕਿ ਅੰਬਰਸਤ ਮੰਗਣੀ ਉੱਥੇ ਬੈਠੀ ਹਰ ਫੈਸਲਾ ਉਹ ਕਰੂਗੀ ਜਿਹੜਾ ਉਹਦੇ ਦੇਸ਼ ਜਿਹਦੀ ਉਹ ਨਾਗਰਿਕ ਹੈ ਉਹਦੇ ਪੱਖੇ ਚ ਹੋਵੇ ਕਿਉਂ ਡੀਸੀਸਨ ਕਿਤੇ ਫੈਸਲੇ ਤੋਂ ਨਾ ਪੱਖ ਚ ਕਰਨੇ ਪਰ ਜੇ ਉਸ ਦੇਸ਼ ਦੇ ਨਾਗਰਿਕ ਹੁੰਦਿਆ ਹੋਇਆ ਉਸ ਦੇਸ਼ ਦੇ ਨਾਗਰਿਕਾਂ ਬਾਰੇ ਕਹਿੰਦਾ ਕਿ ਕਾਰੋਬਾਰ ਤੇ ਚਲਾਉ ਕੁਝ ਲੋਕ ਮਰਦੇ ਮਰ ਜਾਣ ਜੇ ਇਹ ਗੱਲ ਸੱਚੀ ਹੋਵੇ ਤੇਨੇ ਬਹੁਤ ਮਾੜੀ ਗੱਲ ਆਖੀ ਹੈ ਸ਼ਰਮ ਨਾ ਕਰ ਇਹਦੇ ਉੱਤੇ ਹੁਣ ਉੱਥੋਂ ਦੇ ਸੋਸਾਇਟੀ ਚ ਉੱਥੋਂ ਦੇ ਰਾਜਕਾਜ ਦੇ ਵਿੱਚ ਕੀ ਹੁੰਦਾ ਉਹਨਾਂ ਵਾਲੇ ਸਮਝ ਤਵਾਰ ਲੱਗੂ ਨਹੀਂ ਤੇ ਅਗਲੀ ਚੋਣ ਚ ਪਾਰਟੀ ਦਾ ਪੱਠਾ ਤੇ ਬਿਠਾਈ ਤੁਸੀਂ ਸਮਾਂ ਦਿੱਤਾ ਪੰਨਸਾਪੋ ਸ਼ੁਕਰੀਆ ਧੰਨਵਾਦ ਜੀ ਮੇਰਬਾਦ ਸ਼ੁਕਰੀਆ ਤਾਂ ਅੱਜ ਦੇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਤੁਹਾਡੇ ਸੁਝਾਅ ਟਿੱਪਣੀਆਂ ਦਾ ਹਰ ਰੋਜ਼ ਦੀ ਤਰ੍ਹਾਂ ਸਾਨੂੰ ਇੰਤਜ਼ਾਰ ਰਹੇਗਾ ਫਿਲਹਾਲ ਵੇਖਦੇ ਰਹਿਣਾ ਪ੍ਰਾਈਮੇਰੀਅਰ ਟੀਵੀ ਮੈਨੂੰ ਨੰਦਪ੍ਰੀਤ ਸਿੰਘ ਜੀ ਨੂੰ ਇੱਥੇ ਤੋਂ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ